भाई अगे आ जाओ माड़ा वीर जी की नाम है जी ते की गल घटना वापरी इत्थे सर मेरा नाम संदीप सिंह आ सहारा जन सेवा वॉलंटियर आ सानू कॉल आई सी कि बठिंडा सरेंद्र नहर जिथे ग्रीन सिटी वाला पुला जदों बीबी वाली साइड जाइए दो डेड बॉडी नहर दे विच तैरदी आ रही ने सहारा टीम दी तीन एंबूलेंस टीमां विक्की कुमार जिंदर कुमार किशन थापर मौके ते आके देखे जो कि मुंडा कुड़ी डेड बॉडियां ने ते नहर दे विच तैरदियां जा रही सी जो कि इन्हां नू असी विच पा के ते इन्हां नू हस्पताल लैके आए हाँ ਤੇ ਇਹਨਾਂ ਨੂੰ ਨਹਿਰ ਦੇ ਵਿੱਚੋਂ ਵਿੱਚ ਹੀ ਸੀਗੇ ਆ ਤੇ ਪੁਲਿਸ ਨੂੰ ਫੋਨ ਕਰਤਾ ਕੈਂਟ ਨੂੰ ਬਾਕੀ ਕੈਂਟ ਪੁਲਿਸ ਮੌਕੇ ਤੇ ਆ ਰਹੀ ਆ ਸਰ ਪਤਾ ਕਦੋਂ ਲੱਗਿਆ ਤੁਹਾਨੂੰ ਅੱਧਾ ਘੰਟਾ ਪਹਿਲਾਂ ਹੀ ਆ ਸਰ ਅੱਧਾ ਘੰਟਾ ਪਹਿਲਾਂ ਹੀ ਪਤਾ ਲੱਗਿਆ ਉਮਰ ਕਿੰਨੀ ਕੀ ਲੱਗਦੀ ਉਮਰ ਦੋਨਾਂ ਦੀ 30 ਤੋਂ 32 ਸਾਲ ਦੀ ਲਗਭਗ ਜਾਪਦੀ ਆ ਜੀ ਤੇ ਐਂਬੂਲੈਂਸ ਟੀਮਾਂ ਮੌਕੇ ਤੇ ਆਈਆਂ ਪੁਲਿਸ ਦੀ ਮੌਜੂਦਗੀ ਵਿੱਚ ਕੈਂਟ ਥਾਣੇ ਮੌਜੂਦਗੀ ਵਿੱਚ ਡੈਡ ਬੋਡੀਆਂ ਨੂੰ ਕੱਢ ਕੇ ਸਿਵਲ ਹਸਪਤਾਲ ਲੈ ਕੇ ਆਏ ਕਿੰਨੀ ਕੀ ਪੁਰਾਣੀ ਲੱਗਦੀ ਆ ਬੋਡੀ ਸਰ ਤਕਰੀਬਨ ਅੱਜ ਹੀ ਲੱਗਦੀ ਆ ਜੀ ਅੱਜ ਦੀ ਵਿਆਹੇ ਹੋਏ ਜੋੜੇ ਲੱਗਦੇ ਕਿ ਇਹ ਤਾਂ ਸਰ ਅਜੇ ਬਾਕੀ ਕੋਈ ਅਜੇ ਕੋਈ ਜੇਬ ਜੂ ਚ ਜਾਂਚ ਦਾ ਵਿਸ਼ਾ ਸਰ ਬਾਕੀ ਜੇਬ ਚ ਕੱਢਾਂਗੇ ਅਸੀਂ ਇਹਨਾਂ ਨੂੰ ਬਾਹਰ ਕੱਢ ਕੇ ਫਿਰ ਆਇਡੈਂਟੀ ਪ੍ਰੂਫ ਦੇਖਾਂਗੇ ਠੀਕ ਫਿਰ ਬੰਦੀ ਕਾਰਵਾਈ ਕਰਨਗੇ ਸਰ ਥਾਣਾ ਕੈਂਟ ਦੀ ਉੱਥੋਂ ਗਿਆ ਜਦੋਂ ਇਹ ਤਾਂ ਸਾਨੂੰ ਤਾਂ ਕੋਈ ਰਾਹਗੀਰ ਨੇ ਦੱਸਿਆ ਜੀ ਉੱਥੇ ਜਾਂਦੇ ਨੇ ਤਾਂ ਕਰਕੇ ਮੌਕੇ ਤੇ ਆ ਗਏ ਨਾ ਦੇਖ ਲਈ ਹੋ ਸਕਦਾ ਜਾਨ ਬਚ ਜਾਂਦੀ ਤਾਂ ਕਰਕੇ ਪਹਿਲੀ ਡੈਥ ਹੋਈ ਹਾਂ ਪਹਿਲੇ ਇਹ ਤਾਂ ਹਾਂਜੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਸਰ ਤੁਸੀਂ ਪਹੁੰਚੇ ਹੋ ਜਦੋਂ ਕਿਸ ਅਤਲਾਕ ਹੀ ਨਹੀਂ ਇਹ ਤਾਂ ਰਾਹਗੀਰ ਨੇ ਦੱਸਿਆ ਸਾਨੂੰ ਕੱਪੜੇ ਕੁਪੜੇ ਕਿਹੜੇ ਇਹਨਾਂ ਦੇ ਮੇਰੇ ਖਿਆਲ ਪੈਂਟ ਸ਼ਰਟ ਪਾਈ ਕਿੰਨੀ ਕੁ ਉਮਰ ਲੱਗਦੀ ਹੈ ਦੋਨਾਂ ਦੀ ਦੇਖੋ ਹੁਣ ਬੋਡੀਆਂ ਪੁੱਠੀਆਂ ਨਾ ਸਿੱਧੇ ਕਰੇ ਤੋਂ ਮਾੜਾ ਪਤਾ ਲੱਗਣਾ ਜੇ ਅੱਜ ਮਤਲਬ ਸਰਕਾਰ ਦੱਸਿਆ ਜਾ ਰਿਹਾ ਕਾਫੀ ਟਾਈਮ ਹੋ ਗਿਆ ਅਜੇ ਤੱਕ ਮੌਕੇ ਤੇ ਪਹੁੰਚੇ ਨਹੀਂ ਪ੍ਰਸ਼ਾਸਨ ਬਸ ਉਹ ਕੀਤੀ ਹੈ ਕਾਲ ਜੀ ਅੱਛਾ ਹਾਂ ਪਹੁੰਚ ਰਹੇ ਆ ਡਿਊਟੀ ਅਫਸਰ ਜਿਹੜੇ ਵੀ ਇਹ ਲੱਗਦਾ ਕੋਈ ਦੋਨੇ ਇਕੱਠੇ ਸੀ ਇਹ ਦੋਨਾਂ ਦੀ ਲਾਸ਼ਾਂ ਲਾਗੜ ਪਿੱਛੇ ਦੱਸੇ ਜੀ ਇਹਨਾਂ ਨੇ ਮੁੰਡੇ ਸਾਰ ਵਾਲਿਆਂ ਨੇ